ਕਿ ਮੇਰੀ ਮਿਹਨਤ ਦੇ ਸੇਰ ਜਨਾਬ ਹੋਰਾਂ ਨੂੰ ਕਿਉਂ ਪਤਾ ਨਹੀਂ ਮਾਸੇ ਲੱਗਦੇ ਹਨ, ਮੇਰੀ ਮਿਹਨਤ ਦੇ ਸੇਰ ਜਨਾਬ ਹੋਰਾਂ ਨੂੰ ਕਿਉਂ ਪਤਾ ਨਹੀਂ ਮਾਸੇ ਲੱਗਦੇ, ਜਿਹੜਾ ਮਿਲਣ ਦਾ ਆਖ ਕੇ ਮਿਲਦਾ ਹੀ ਨਾ, ਇਹ ਤਾਂ ਗਲਤ ਦਿਲਾਸੇ ਲੱਗਦੇ ਹਨ, ਤੇ ਮੇਰੇ ਮੁੱਖ ਤੇ ਰੋਣ ਵਿਛੋੜਿਆਂ ਦਾ ਏ, ਤੈਨੂੰ ਸਫਰੀ ਹਾਸੇ ਲੱਗਦੇ ਨੂੰ, ਮੈਂ ਤਾਂ ਕੱਲ ਵੀ ਬੈਠਾ ਰਿਹਾ ਖੁਰਿਆਂ ਤੇ, ਤੇਰੇ ਪੈਰ ਇੱਕ ਵਾਸੇ ਲੱਗਦੇ, ਤੇ ਹੁਣ ਮੈਂ ਵਿਰਾਵਾਂ ਦੇ ਗਲਤੀ ਬਸ ਰਹਾਂ, ਬਈ ਵਿਰਾਸੀ ਕੁਦਰਤੀ ਮਰ ਗਿਆ, ਉਹ ਨਫੈਲ ਕਿਸੇ ਨਾ ਮਾਰਿਆ ਆਪੇ ਮਰ ਗਿਆ, ਦੱਬ ਕੇ ਆ ਗਏ ਤੇ ਮੁਨਕਰ ਤੇ ਨਕੀਰ ਦੋ ਫਰਿਸ਼ਤੇ, ਮੁਨਕਰ ਆਇਆ ਉਸ ਆਖਿਆ ਜੀ ਮਨ ਰੱਬੋ ਕਾ, ਉਹਦਾ ਕਿਹਾ ਤੈਨੂੰ ਕੋਈ ਨਹੀਂ ਪਤਾ ਯਾਰ ਮੇਰੀ ਕੌਮ ਕਿਹੜੀ ਹੈ, ਉਹਦਾ ਕਿਹਾ ਕੌਣ ਹੈ ਜਿਹੜੇ ਮੈਂ ਵਿਰਾਸੀ ਹਾਂ, ਅਤੇ ਉਸ ਆਖਿਆ ਹੁਣ ਅਸੀਂ ਕੀ ਕਰੀਏ ਜਿਹਨੇ ਢੋਲਕੀ ਚਾਈ ਲਿਆ, ਉਹ ਸਹੀ ਤੂੰ ਧਰੀ ਤੇ ਬੂਥਾ ਆਈ ਤੇ ਅੱਗੂ ਖੜਾ ਹੀ ਦੂਆ ਫਰਿਸ਼ਤਾ, ਉਸ ਆਖਿਆ ਮਨ ਦੀਨੋ ਕਾ ਦੀਨ ਕਿਹੜੀ, ਉਸ ਆਖਿਆ ਤੈਨੂੰ ਵੀ ਕੋਈ ਨਹੀਂ ਪਤਾ ਮੈਂ ਕੌਣ ਹਾਂ, ਉਹਦਾ ਆਖਿਆ ਕੌਣ ਹੈ ਜਿਹੜੇ ਮੈਂ ਵਿਰਾਸੀ ਹਾਂ ਅਤੇ ਮੈਂ ਕੀ ਕਰਾਂ, ਉਸ ਆਖਿਆ ਮੇਰਾ ਤਬਲਾ ਚਾਈ ਲਿਆ, ਉਹ ਸਹੀ ਤੂੰ ਧਰੀ ਤੇ ਮੂੰਹ ਇੱਦੇ, ਉਸ ਆਖਿਆ ਇਸੇ ਟੱਕੂ ਵੜਦੇ ਰਹੋ ਇੱਥੇ ਪਿੱਛੂ ਬੰਦਾ ਇੱਦਾਂ ਕੋਈ ਨਹੀਂ ਆਉਂਦਾ, ਜੇ ਉਹ ਆ ਤੁਸੀਂ ਸੁਣੋ ਨਾਲਿਆ ਰੱਖਿਆ ਤੇ ਅਸੀਂ ਅੱਗੂ ਕੋਈ ਨਹੀਂ ਆਉਣਾ, ਤਾੜੀ ਮਾਰੋ ਯਾਰ ਲੜ ਕੇ ਆਇਓ, ਭਾਈ ਮੈਨੂੰ ਹੁਣ ਵੀ ਤੇਰੀਆਂ ਯਾਦਾਂ ਦੇ ਰਾਤ ਗਲੂਰੇ ਵੱਢਦੇ, ਮਿਹਰਬਾਨੀ ਭਾਈ ਸੁਣਨ ਦੀ ਚਾਹਤਾ ਹੀ ਹੈ, ਭਾਈ ਮੈਨੂੰ ਹੁਣ ਵੀ ਤੇਰੀਆਂ ਯਾਦਾਂ ਦਿਆਂ ਰਾਤ ਗਲੂਰੇ ਵੜਦੇ, ਅੱਖ ਲੱਗ ਵੀ ਜਾਵੇ ਖਾਬਾਂ ਵੇ ਡੱਬੇ ਕਾਲੇ ਬੂਰੇ ਵੜਦੇ, ਤੇ ਲੱਤ ਬਾ ਨਾ ਸਮਝੀ ਸਫਦਰ ਸ਼ਾਹ ਮੇਰੇ ਜਿਸਮ ਨੂੰ ਪੂਰੇ ਵੜਦੇ ਨੂੰ, ਤੂੰ ਟੋਕਾ ਮਾਰ ਕੇ ਥੇਨੇ ਵੀ ਬੰਦੇ ਕਿਉਂ ਵੇ ਨੂਰੇ ਵੜਦੇ, ਭਾਈ ਮੈਨੂੰ ਢੂਡ ਕੇ ਮਿਲਿਆ ਕਸਮ ਖੁਦਾ ਦੀ, ਜੇ ਮੇਰੇ ਘਰ ਵਿੱਚ ਆਟਾ ਹੁੰਦਾ ਤੇ ਤੇਰੇ ਵਰਗੇ ਸਫਦਰ ਲੱਗਦਿਆਂ ਦਾ ਮੈਨੂੰ ਕੋਈ ਨਾ ਘਾਟਾ ਹੁੰਦਾ, ਤੇ ਤੇਰੇ ਵਾਂਗੂ ਵੱਲੜ ਜਵਾਨ ਆਉਂਦਾ ਹੱਥ ਗਲ ਵਿੱਚ ਪਾਟਾ ਆਉਂਦਾ, ਤੂੰ ਖੁਦ ਨਿਸਵਾ ਕਰਾਇਆ ਮੈਨਾ ਉਠ ਨਾ ਪਾਟਾ ਆਉਂਦਾ, ਮਿਹਰਬਾਨੀ ਭਾਈ ਐਵੇਂ ਅੜਦੀ ਅੜਦੀ ਅੜ ਗਈ ਲੱਤ, ਹੁਣ ਗਲ ਤਾਂ ਹੀ ਫਸਿਆ ਵਤਨਾ, ਐਵੇਂ ਅੜਦੀ ਅੜਦੀ ਅੜ ਗਈ ਲੱਤ, ਹੁਣ ਗਲ ਤਾਂ ਹੀ ਫਸਿਆ ਵਤਨਾ, ਨਿਤ ਮੰਗਦਾ ਹੈ ਸੁਰਖੀ ਪਾਊਡਰ ਤੂੰ ਤਾਂ ਹੀ ਸਫਦਰ ਨਸਿਆ ਵਤਨਾ, ਤੇ ਹੁਣ ਆਉਂਦਾ ਹੈ ਗਲਤੀ ਆਪਣੀ ਆਈ ਸੁਣੇ ਜੜੇ ਚ ਜਸਿਆ ਵਤਨਾ, ਪੂਰਾ ਮਾਣਾ ਮੂੰਹ ਕਾਲੇ ਸਾਬਣ ਦਾ ਆਏ ਵੇਖ ਲੋ ਗਸਿਆ ਵਤਨਾ, ਬਈ ਆਖੇ ਮੁਲਕ ਦੇ ਲੱਗ ਕੇ ਸਫਦਰ ਸ਼ਾਹ ਇੱਕ ਸੱਜਣ ਬਣਾ ਲਿਆ ਤੇੜੀ, ਤੇ ਵੰਡੇ ਘਰ ਦੇ ਵੇਚ ਕੇ ਪੂਰੀ ਕੀਤੀ ਕੀਤੀ ਉਸ ਫਰਮਾਇਸ਼ ਵੀ ਜਿਹੜੀ, ਤੇ ਲੱਗੀ ਸੋਰਨਾ ਚਗੜ ਜਹਾਨ ਦਾ ਏ ਇੰਜ ਅਕਲ ਦੀ ਬੁੱਢ ਗਈ ਬੇੜੀ, ਉਹ ਅੱਜ ਨੰਗੇ ਪੈਰੀ ਵੇਖ ਕੇ ਦੰਦ ਪਿਆ ਕੱਢਦਾ ਹੈ ਜਿੰਦੇ ਮਗਰ ਤਰੁੱਟ ਗਈ ਖੇੜੀ, ਬਈ ਨਾ ਮਾਲ ਦੁਲੱਤੇ ਡੋਮਣ ਦੇ ਪਿਆ ਭੁੱਖ ਤੂੰ ਮਰਦਾ ਮਾਲ ਏ, ਤੇ ਜਿਹੜੀ ਅੱਜ ਤੂੰ ਨੀਅਤ ਵਟਾਈ ਖੜੀ ਏ ਕਿਸੇ ਦੁਸ਼ਮਣ ਦੀ ਇਹ ਚਾਲ ਏ, ਤੇ ਤੇਰੇ ਨਾਲ ਸਵੇਰ ਦਾ ਟੱਕ ਤੇ ਬੈਠਾ
ਨੀ ਮੇਰਾ ਵੇਖ ਲੈ ਕੜਮੀਏ ਹਾਲ ਤੈਨੂੰ ਆ ਛੱਡ ਦੇਵੇ ਸਫਦਰ ਸ਼ਾਹ ਤੇਰਾ ਖੋਤੀਏ ਗਲਤ ਖਿਆਲ ਹੈ ਭਾਈ ਹੋਰਾਂ ਨੂੰ ਮੈਂ ਆਖਰ ਦੀ ਸ਼ੇਰ ਸੁਣਦਾ ਪਿਆ ਬਾਈ ਤੇਰੀ ਆਮਨ ਤੇ ਅੱਜ ਦਾਲ ਪਕਾਈਏ ਮੈਂ ਤਾਂ ਸਜਣਾ ਬੰਬ ਕੱਢ ਬੈਠਾ ਤੇ ਦਾਲ ਰੋਕ ਰੁਪਈਏ ਦੇ ਆਇਆ ਪਰ ਘਰ ਦੀ ਤਾਂ ਲੰਬ ਕੱਢ ਬੈਠਾ ਤੇ ਹਾਏ ਦੱਬੇ ਹੋਏ ਪਿਛਲੀਆਂ ਗਰਮੀਆਂ ਦੇ ਆ ਜੋ ਵੀ ਆਮ ਕੱਢ ਬੈਠਾ ਕਰੀ ਨਾ ਨੁਕਸਾਨ ਵੇ ਸਿਫਤਾਂ ਏ ਤਾਂ ਹੀ ਸਫਦਰ ਟੰਮ ਕੱਢ ਬੈਠਾ ਭਾਈ ਕੋ ਸੱਜਣ ਬਣਾਇਆ ਉਹ ਵੀ ਮੱਝੀ ਦਾ ਛੇੜੂ ਸ਼ਾਮੀ ਸਾਰੀਆਂ ਢੱਕਣੀਆਂ ਪਾਉਂਦੀਆਂ ਹਨ ਤੇ ਵੱਧ ਸਿਫਤਾ ਮਾਲ ਜੁਨਾਬ ਦਾ ਏ ਕੱਟੇ ਕੱਟੀਆਂ ਨੱਪਣੀਆਂ ਪਾਉਂਦੀਆਂ ਹਨ ਤੇ ਕਾਈ ਮਲ ਜਾਵੇ ਜੇ ਸਫਦਰ ਸ਼ਾਹ ਮੁੜ ਜਿੜਕਾਂ ਜਪਣੀਆਂ ਪਾਉਂਦੀਆਂ ਦਮੀ ਨਾਲ ਦੀਦਾਰ ਤਾਂ ਹੋ ਜਾਂਦਾ ਹੈ ਪਰ ਥਾਪੀਆਂ ਥੱਪਣੀਆਂ ਪਾਉਂਦੀਆਂ ਸਫਦਰ ਸਾਹਿਬ ਸਫਦਰ ਬਣਾ ਦਿੱਤਾ।